ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੀਲਾ ਦੀਕਸ਼ਾ ਦੀ ਤਾਜਪੋਸ਼ੀ ਦੇ ਸਮਾਰੋਹ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਪਹਿਲੀ ਕਤਾਰ ਵਿਚ ਬਿਠਾਉਣ ਦੇ ਮਾਮਲੇ ਤੇ ਟੀਕਾ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਟਾਈਟਲਰ ਵਰਗਿਆਂ ਨੂੰ ਮਾਨ ਸਨਮਾਨ ਦੇ ਕੇ ਕਾਂਗਰਸ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕ ਰਹੀ ਹੈ। ਸੁਖਬੀਰ ਨੇ ਇਸ ਬਾਬਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਪਸ਼ਟੀਕਰਨ ਵੀ ਮੰਗਿਆ। ਕਾਂਗਰਸ ਪਾਰਟੀ ਦਾ ਅਸਲੀ ਚਿਹਰਾ ਸਾਹਮਣੇ ਹੈ, ਉਹ ਜਾਣ ਕੇ ਆਪਣੇ ਜ਼ਖਮਾਂ ਤੇ ਮਿਰਚ। ਮੈਂ ਕੈਪਟਨ ਨੂੰ ਪੁੱਛਣਾ ਚਾਹੁੰਦਾ ਸਵਾਲ ਕਿ ਹੁਣ ਟਾਈਟਲਰ ਨੂੰ ਫਰੰਟ ਰੋ ਤੇ ਕਿਉਂ ਬਿਠਾਇਆ? ਜਵਾਬ ਦੇਣ ਕਿ ਉਹ ਕਾਂਗਰਸ ਨਾਲ ਉਹ ਪਾਰਟੀ ਜਿਹਨੇ ਹਜ਼ਾਰਾਂ ਦਾ ਕਤਲੇਆਮ ਕੀਤਾ ਹੋਏ, ਉਹ ਇਨਸਾਨ ਜਿਹਨੇ ਕੀਤਾ ਹੋਏ, ਉਹਨਾਂ ਨੂੰ ਤੁਸੀਂ ਅਹੁਦੇ ਦਿਓਗੇ? ਜਦੋਂ ਅੰਦਰ ਜਾਣਗੇ ਫਿਰ ਕਹਿਣਗੇ ਅਸੀਂ ਐਕਸਪੈਲ ਕਰਤਾ, ਜੋ ਸਾਰਿਆਂ ਨੂੰ ਪਤਾ ਕਿ ਉਹਨਾਂ ਨੇ ਕੀਤਾ, ਤੇ ਫਿਰ ਕਿਉਂ ਉਹਨਾਂ ਦੀ ਸਪੋਰਟ ਤੇ ਲੱਗੇ?